वेलकम बैक टू न्यूज़ टीवी 84 ब्रेक तो बार बीच सरदार गुरतेज सिंह जी ने अपने सवालों का सिलसिला जारी रखते हाँ जी। सरदार साहब असी जून 84 की गल कर रहे थे, घल्लूघर की गल कर रहे थे, जो असी पिछले हफ्ते घल्लूघर के उपर पूरा एपीसोड किया सगा तो उस वेले असी जथेदार साबका जथेदार विद्यांती जी के गलबात की जिन्होंने सू दसिया जिन्होंने सारी अखा खोलियां कि जो सा इतिहासिक लाइब्रेरी से सारी इंपोर्टेंट बुक्स पड़ी हुई और भारतीय फौजा ने ट्रकों ने ट्रक भर के आपे नाल लैके लुट लीती तो बाद लाइब्रेरी में साड़ दिता, इस बारे भी साढ़े दर्शकों दसो। ये इस बारे दोनों गल्लां प्रचलित हन गईआं। एक वारी कई सालों की गल है कि इन्होंने सारिया जथेबंदियां ने रल के एक इनकुआरी की सी कमेटी के बारे जिस दे विच मैं भी शामिल सां और असीं जाके इस लाइब्रेरी के बारे जानकारी हासिल करने की कोशिश की सी। हाँ जी, लेकिन सब तो पहला मैं थोनू दसदा कि एक आम वर्तारा नहीं है। जिस वेले रणजीत सिंह ने चमकनी दे उत्ते हमला किया पिशावर दे विच अफगानिस्तान दे विच तां उसने खास तौर पर अनपढ़ आदमी सी, लेकिन उसने खास तौर दे उत्ते इंस्ट्रक्शन दिते कि उत्ते खानजादियां दी लाइब्रेरी दे विच अनेक कुरान दियां कॉपियां हन जिहड़ियां कि इतिहासक हन और उन्हां नूं बिल्कुल हथ नहीं लाउणा और उन्हां नूं महफूज रखना है। ये अनपढ़ आदमी का वर्तारा सी। 1453 ਦੇ ਵਿੱਚ ਜਦੋਂ ਇਹਨਾਂ ਲੋਕਾਂ ਨੇ ਹਮਲਾ ਕੀਤਾ ਅਲੈਗਜ਼ੈਂਡਰੀਆ ਦੇ ਉੱਤੇ ਤਾਂ ਉੱਥੇ ਬੜੀ ਮਸ਼ਹੂਰ ਲਾਇਬ੍ਰੇਰੀ ਸੀ, ਉਹ ਇਹਨਾਂ ਹਮਲਾਵਰਾਂ ਨੇ ਸਾੜੀ। ਇਸ ਤਰ੍ਹਾਂ ਨਾਲ ਇਹ 1453 ਤੋਂ ਬਾਅਦ ਇਹ ਦੂਸਰਾ ਵਾਕਿਆ ਹੋਇਆ 500-600 ਸਾਲਾਂ ਤੋਂ ਬਾਅਦ ਕਿ ਸਿੱਖਾਂ ਦੀ ਜਿਹੜੀ ਨਾਯਾਬ ਲਾਇਬ੍ਰੇਰੀ ਸੀ ਜਿਸ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਹੱਥ ਲਿਖਤਾਂ ਸਨ, ਜਿਸ ਦੇ ਵਿੱਚ ਗੁਰੂ ਸਾਹਿਬਾਨ ਦੇ ਹੱਥਾਂ ਦੇ ਛੋਹ ਪ੍ਰਾਪਤ ਹੁਕਮਨਾਮੇ ਸਨ ਔਰ ਇੰਨੀਆਂ ਬੇਸ਼ਕੀਮਤੀ ਚੀਜ਼ਾਂ ਸਨ ਜਿਹੜੀਆਂ ਕਿ ਮੁੜ ਕੇ ਕਦੇ ਨਹੀਂ ਆਉਣੀਆਂ, ਉਹ ਉਹਦੇ ਵਿੱਚ ਮਹਿਫੂਜ਼ ਸਨ ਔਰ ਇਹਨਾਂ ਨੇ ਉਸ ਨੂੰ ਡਿਲੀਬਰੇਟਲੀ ਅੱਗ ਲਾ ਕੇ ਸਾੜਿਆ। ਸਾੜੇ ਦੇ ਬਾਰੇ ਤਾਂ ਮੈਨੂੰ ਪੱਕਾ ਯਕੀਨ ਹੈ ਕਿਉਂਕਿ ਉੱਥੇ ਦਵਿੰਦਰ ਸਿੰਘ ਦੁੱਗਲ ਇੰਚਾਰਜ ਸੀ ਲਾਇਬ੍ਰੇਰੀ ਦਾ ਔਰ ਉਹ 6 ਤਰੀਕ ਦੀ ਸ਼ਾਮ ਤੱਕ ਜਦੋਂ ਤੱਕ ਇਹ ਲੜਾਈ ਖਤਮ ਨਹੀਂ ਹੋਈ, ਸੰਤ ਜਰਨੈਲ ਸਿੰਘ ਹੋਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਸ ਤੋਂ ਉਸ ਵੇਲੇ ਤੱਕ ਉਹ ਲਾਇਬ੍ਰੇਰੀ ਦੇ ਵਿੱਚ ਮੌਜੂਦ ਸੀ ਜੀ। ਉਸ ਦਾ ਕਮਰਾ ਲਾਇਬ੍ਰੇਰੀ ਦੇ ਨਾਲ ਸੀ ਔਰ ਉਹ ਕਹਿੰਦਾ ਹੈ ਕਿ ਸਾਰੀ ਲਾਇਬ੍ਰੇਰੀ ਮਹਿਫੂਜ਼ ਸੀ, ਉੱਥੇ ਕੁਛ ਵੀ ਨਹੀਂ ਸੀ ਹੋਇਆ। ਹਾਂਜੀ, 6 ਤਰੀਕ ਦੀ ਸ਼ਾਮ ਨੂੰ ਉਹ ਕਿਸ ਤਰ੍ਹਾਂ ਨਾਲ ਨਿਕਲ ਕੇ ਉਹ ਕੰਪਲੈਕਸ ਦੇ ਵਿੱਚੋਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਦੀ ਹੁੰਦਾ ਹੋਇਆ ਵਾਪਸ ਆਪਣੇ ਘਰ ਜਲੰਧਰ ਆ ਗਿਆ ਜੀ। 7 ਤਰੀਕ ਨੂੰ ਸਵੇਰੇ ਇਹ ਗਿਆਨੀ ਪੂਰਨ ਸਿੰਘ ਦਾ ਬਿਆਨ ਵੀ ਅਸੀਂ ਰਿਕਾਰਡ ਕੀਤਾ ਤੇ ਉਸਨੇ ਕਿਹਾ ਕਿ ਜੋ ਮੈਨੂੰ ਦਰਬਾਰ ਸਾਹਿਬ ਤੋਂ ਕੱਢਿਆ ਇਹਨਾਂ ਨੇ ਤੇ ਲਿਆ ਕੇ ਉੱਥੇ ਬਿਠਾਇਆ ਪ੍ਰਕਰਮਾ ਦੇ ਵਿੱਚ, ਤਾਂ ਮੇਰੇ ਸਾਹਮਣੇ ਲਾਇਬ੍ਰੇਰੀ ਨੂੰ ਅੱਗ ਲਾ ਕੇ ਸਾੜਿਆ, ਇਹਨਾਂ ਨੇ ਗੋਲੇ ਸੁੱਟੇ ਆ ਉੱਥੇ ਔਰ ਉਹਨੂੰ ਅੱਗ ਲਾ ਕੇ ਸਾੜਿਆ। ਜਿਹੜਾ ਉਹਨਾਂ ਦਾ ਫੌਜੀ ਹੈ ਜਿਹੜਾ ਇਸ ਲਾਇਬ੍ਰੇਰੀ ਦੇ ਸਾੜਨ ਦਾ ਜ਼ਿੰਮੇਵਾਰ ਹੈ, ਉਹ ਕਹਿੰਦਾ ਹੈ ਕਿ ਅਸੀਂ ਤਾਂ ਉੱਥੇ ਬੈਠੇ ਰੋਟੀ ਖਾ ਰਹੇ ਸੀ, ਬ੍ਰੇਕਫਾਸਟ ਖਾ ਰਹੇ ਸੀ ਤੇ ਉੱਤੋਂ ਕਹਿੰਦਾ ਉਹਨਾਂ ਨੇ ਅੱਤਵਾਦੀਆਂ ਨੇ ਗੋਲੇ ਸੁੱਟਣੇ ਸ਼ੁਰੂ ਕਰਤੇ, ਇਸ ਕਰਕੇ ਸਾਨੂੰ ਜਵਾਬ ਦੇਣਾ ਪਿਆ। ਇਹ ਬਿਲਕੁਲ ਝੂਠਾ ਬਿਆਨ ਹੈ ਔਰ ਕਿਸੇ ਪਾਸੇ ਤੋਂ ਇਸ ਦੀ ਪੁਸ਼ਟੀ ਨਹੀਂ ਹੋਈ। ਇਹ ਜਿਹੜੀ ਮੈਂ ਦਵਿੰਦਰ ਸਿੰਘ ਦੁੱਗਲ ਨੂੰ ਪੁੱਛਿਆ ਕਿ ਜਿਸ ਵੇਲੇ ਤੂੰ ਆਇਆ ਉਸ ਵੇਲੇ ਲਾਇਬ੍ਰੇਰੀ ਸਾਰੀ ਠੀਕ ਠਾਕ ਸੀ, ਉਹ ਕਹਿੰਦਾ ਬਿਲਕੁਲ ਉੱਥੇ ਕੁਛ ਵੀ ਨਹੀਂ ਸੀ, ਕਿਸੇ ਚੀਜ਼ ਦਾ ਨੁਕਸਾਨ ਨਹੀਂ ਸੀ ਹੋਇਆ। ਹਾਂਜੀ, ਤੇ ਉਸ ਤੋਂ ਬਾਅਦ ਮੈਂ ਕਿਹਾ, ਫਿਰ ਕਹਿੰਦਾ ਜੀ ਮੈਨੂੰ 5-4 ਦਿਨਾਂ ਬਾਅਦ ਇਹ ਵਾਪਸ ਲੈ ਕੇ ਗਏ ਫੌਜ ਵਾਲੇ, ਮੇਰੇ ਘਰ ਆਏ ਤੇ ਵਾਪਸ ਲੈ ਕੇ ਗਏ, ਕਹਿੰਦੇ ਲਾਇਬ੍ਰੇਰੀ ਦਾ ਚਾਰਜ ਲੈ ਲਾ। ਹਾਂਜੀ, ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਇੱਕ ਲੋਹੇ ਦੇ ਰੈਕ ਸਨ ਜਿਨ੍ਹਾਂ ਦੇ ਉੱਤੇ ਕਿਤਾਬਾਂ ਇਤਿਹਾਸ ਰੱਖੀਆਂ ਹੋਈਆਂ ਸਨ, ਉਹ ਸਾਰੇ ਬੜੇ ਟਵਿਸਟਡ ਹਾਲਤ ਦੇ ਵਿੱਚ ਸਨ ਤੇ ਜਿਹੜੇ ਇੱਕ ਉਹਨਾਂ ਦੇ ਉੱਤੇ ਗ੍ਰੰਥ ਕਿਤਾਬਾਂ ਵਗੈਰਾ ਪਈਆਂ ਸੀ ਉਹ ਸਾਰੀਆਂ ਰਾਖ ਹੋਈਆਂ ਹੋਈਆਂ ਸੀ, ਸਾਰੀਆਂ ਸੜ ਚੁੱਕੀਆਂ ਸਨ। ਤਾਂ ਕਹਿੰਦੇ ਮੈਨੂੰ ਕਿਹਾ ਇਹਨਾਂ ਨੇ ਵੀ ਇੱਕ ਪੇਪਰ ਦਿੱਤਾ ਕਿ ਇਹਦੇ 'ਤੇ ਸਾਈਨ ਕਰ ਦੇ, ਆਈ ਹੈਵ ਰਿਸੀਵਡ ਚਾਰਜ ਆਫ ਦਾ ਲਾਇਬ੍ਰੇਰੀ। ਹਾਂਜੀ, ਮੈਂ ਕਹਿੰਦਾ ਉਹਦੇ ਉੱਤੇ ਇਹ ਲਿਖਿਆ ਕਿ ਆਈ ਹੈਵ ਰਿਸੀਵਡ ਚਾਰਜ ਆਫ ਦਾ ਐਸ਼ਿਜ਼ ਆਫ ਦਾ ਲਾਇਬ੍ਰੇਰੀ ਜੀ। ਤਾਂ ਇਸ ਗੱਲ ਦਾ ਤਾਂ ਯਕੀਨ ਹੈ ਪੱਕਾ ਕਿ ਇਹਨਾਂ ਨੇ ਉੱਥੇ ਜਿੰਨੇ ਵੀ ਗ੍ਰੰਥ ਸਮਝੇ ਸਨ ਕਿ ਇਹ ਸਿੱਖਾਂ ਦੇ ਹੱਕ ਦੇ ਹਨ ਜਾਂ ਸਿੱਖ ਸਭਿਅਤਾ ਦਾ ਪ੍ਰਗਟਾਵਾ ਕਰਦੇ ਨੇ, ਇਹ ਇਹਨਾਂ ਨੇ ਸਾੜੇ ਨੇ। ਦੂਸਰੀ ਗੱਲ ਹੈ ਜਿਹੜੇ ਬੰਨ ਕੇ ਲੈ ਗਏ ਬੋਰੀਆਂ ਦੇ ਵਿੱਚ, ਇਸ ਦੇ ਬਾਰੇ ਜਿਹੜੇ ਬਿਆਨ ਹਨ ਉਹ ਸ਼ੱਕੀ ਲੋਕਾਂ ਦੇ ਬਿਆਨ ਹਨ। ਇੱਕ ਤਾਂ ਬੂਟਾ ਸਿੰਘ ਦਾ ਬਿਆਨ ਹੈ ਕਿ ਜੀ ਮੈਂ ਦੇਖਿਆ ਉੱਥੇ ਉਹ ਲੈ ਕੇ ਜਾ ਰਹੇ ਸੀ, ਹੋਰ ਕਿਸੇ ਦੇ ਇਸ ਤਰ੍ਹਾਂ ਦੇ ਲੋਕਾਂ ਦੇ ਬਿਆਨ ਹਨ ਕਿ ਉਹਨਾਂ ਨੇ ਵਾਪਸ ਕੁਛ ਲਿਆਂਦਾ। ਕੰਪਲੈਕਸ ਦੇ ਵਿੱਚ ਬਹੁਤ ਸਾਰਾ ਲਿਖਣ ਸਮੱਗਰੀ ਕਾਗਜ਼ਾਤ ਇਤਿਹਾਸ ਸਨ।
हाँ जी जिस तरह कड़ा प्रसाद दियां रसीतां श्रोमणी श्रोमणी कमेटी का अपना रिकॉर्ड होर का सारा कुछ मैनू यह लगता है कि यह सारा जिहड़ा लैके गए ने इत्थों चुक के उहदे विच बहुत ही मिकदार इन्हां दी सी इह चीज़ां सन। हाँ जी अच्छा हुण कुछ ग्रंथ इस तरह के प्रगट होए ने तुहाडे वैस दे विच खास तौर पर अमरीका दे विच दसम ग्रंथ दियां कई बीड़ां प्रगट होईआं ने जिहड़ीआं कि लाइब्रेरी तों चुकीआं होईआं जापदीआं ने लेकिन उन्होंने अखेब करके उन्होंने सन वगैरह बदल के यह कोशिश की जा रही है कि साबित किया जाए कि यह गुरु साहब के समय तो पहला दे लिखे हुए हैं और यह गुरबाणी है। सो इस दे बारे विचार अपने अपने लोग बना सकते हैं। लगता यह है कि कुछ सिलेक्टेड वर्क्स उतों चुक के बाकियों उन्होंने आग लाती है। यह जिहड़ा जुल्म होया है ऐसा घिनौना जुर्म है कि इस दे सामने वड्डे तो वड्डे पापी कम जाणगे जे असीं दुनिया नूं दसीए कि साडी लाइब्रेरी तुसीं लोकां दे नाल थोड़ी दुश्मनी हो सकदी है थोड़ी किताबां दे नाल की दुश्मनी सी थोड़े ग्रंथां दे नाल की दुश्मनी सी थोड़े थोड़ी सच्चे पातशाह दे हत्थां दे लिखे हुक्मनामे दे नाल की दुश्मनी सी और यह बड़ा ही कुकर्म होया है। इस तों वड्डा कुछ पिछलियां पंज सदियां दे विच नहीं होया। हाँ जी जी ते सिंह साहब जो जून 84 या नवंबर 84 की गल घल्लूकारी की गल आती तो उस वे हमेशा शहीदों की याद भी आती है पर इस वेले सिख पंथ में दो घल्लूकारे संबंधित शहीदी यादगारा का मसला काफ़ी विवादों के घेरे में है। बीजेपी पार्टी हरमिंदर साहिब की परिक्रमा में बनी यादगार का विरोध कर रही है पर दूसरे पासे नवंबर 84 शहीदों की याद में गुरद्वारा रिकाबगंज में बन रहे यादगार के उद्घाटन वेले 12 जून शमूलीयत कर रही है। इस विषय में थोड़ा की कहना है? मैं ये कहना है कि पहला तो 29 साल 28 साल इन्होंने यादगार बनाई नहीं जी। लोग कहते रहे बार बार मते पास होंगे रहे कुछ जोर पाया लोगों ने लेकिन नहीं बनाई। हाँ जी फिर ये जथेबंदियां कुछ जिहड़ियां पंथक किस्म दियां सन उन्होंने कमेटी बनाई उहदे विच मैं भी शामिल सन सरदार अजमेर सिंह सी दर्शी साहब सन असी लोगों ने जाके उत्थे देखिया और कोशिश की कि इन्हां दे उत्ते दबाव पाया जाए कि यह अपना यादगार बना तक इन्होंने शायद अपना भी फैसला कर लिया सी ते एक कॉम्पलैक्स तो बाहर बनाना चाहते सी मंजी साहब तो परे बनाना चाहते सी असी इन्होंने दसिया कि इतने तो घल्लूकारा तो इतने होया तो इतने बननी चाहिए है। फिर यह इन्होंने उस चीज़ को प्रवान किया। साडा एक सुझाव सी कि इस दे विचों जिहड़ा उस समय का इतिहास आ प्रगट होना चाहिए जिस तरह थोड़े वेस्ट दे विच बने हुए कई सारे म्यूजियम जिन्हां दे विच वाशिंगटन का म्यूजियम में देखिया जिथे कि वो पिक्चर ला के सारा कुछ दस देन कि किस तरह नाल डिवेलपमेंट हुई किस किस किस्म के जानवर इत्थे आए। सो यह जिहड़ा है कि इस तों प्रगट होवे पता लगे लोगों नूं आ के जिहड़े इत्थे बैठण ते उन्हां नूं विजुअली दिखाया जाए कि घल्लूकारा किस तरह होया सी की कारण सन कि किस तरह नाल शहीदियां होईआं जी वो इन्हां ने विचों कढ़ता ते सिर्फ इन्होंने कहा जी गुरुद्वारा एक बना रहे हैं तो वह भी वाजब है क्योंकि सामने बाबा गुरबख्श सिंह का गुरुद्वारा है जिसने अहमद शाह अब्दाली का मुकाबला किया सी ते उस दे सामने बाबा जरनैल सिंह का हो गया है बड़ी वड्डी बड़ी वधिया गल हुई हुण उस दे उत्ते सारे शहीदों के नाम लिखने वाजब सन लेकिन यह एक दो शहीदों के नाम लिखे सन जरनैल सिंह का लिखा गया तो इस दे उत्ते इतराज़ कर रहे हैं। दूसरे पासे इत्थे ये गुरुद्वारे के अंदर बनाउण तों यादगार बनाउण तों गुरेज कर रहे सन उत्थे कहिंदे कि गुरुद्वारे दे विच बनाउणी है वह गुरुद्वारा जिहड़ा हैगा उत्थे नौवें पातशाह का संस्कार होया है नौवें पातशाह दे धड़ का संस्कार होया है वह बड़ा पाक पवित्र गुरुद्वारा है ते और उस दे विच ये जिहड़ी नूं कहिंदे शहीदी यादगार जे तां शहीदां दी यादगार हुंदी तां वी कोई गल नहीं सी शहीदी यादगार शहीद का की डेफिनेशन है कौन शहीद है इस दे बारे किसी ने विचार नहीं किया। हाँ जी ये जेड़े विचारे गरीब मारे गए जी ये लोग शहीदी दी जात दे विच आउंदे ने कि नहीं इस दे बारे मैनू आप खुद शक है। हाँ जी दूसरी गल है कि इन्हां दी यादगार जरूर बननी चाहीदी है जो एडा वड्डा जुल्म कौम दे उत्ते होया ते यादगार ना बने उसकी और उसनू प्रगट ना किया जाए यह भी कित्थों दे असीं जिउंदे आदमियों दे विच असीं अपना नाम नहीं लिखा सकते जे असीं यह ना करिए। हाँ जी लेकिन वह यादगार जिस तरह थोड़े यहूदियों के बने हुए न यादगार बनिया हुई इस तरह की यादगार बननी चाहिए है जिस दे विचों सारा वो दृष्टांत सजीव होकर सामने आवे
ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੇ ਤਸਵੀਰਾਂ, ਉਹਨਾਂ ਦੇ ਦਸਤਾਵੇਜ਼, ਉਹਨਾਂ ਦੇ ਘਰਾਂ ਦੇ ਤਸਵੀਰਾਂ, ਸਾੜੇ ਹੋਏ ਘਰਾਂ ਦੀਆਂ ਤਸਵੀਰਾਂ, ਇਹ ਸਾਰਾ ਕੁਛ ਮਿਊਜ਼ੀਅਮ ਦੇ ਵਿੱਚ ਚਾਹੀਦਾ ਹੈ। ਔਰ ਇਹ ਬੜੀ ਵੱਡੀ ਜਗ੍ਹਾ ਲੈ ਕੇ ਕਈ ਸਾਰੇ ਗੁਰਦੁਆਰੇ ਇਹਨਾਂ ਨੇ ਸਾੜੇ ਸਨ 84 ਵੇਲੇ। ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਵਿੱਚੋਂ ਕਈ ਸਾਰੇ ਅਜੇ ਵੀ ਉਸ ਹਾਲਤ ਦੇ ਵਿੱਚ ਪਏ ਨੇ। ਉਹ ਇਹੋ ਜਿਹੀ ਜਗ੍ਹਾ ਕੋਈ ਲੈ ਕੇ ਕੇਂਦਰੀ ਤੇ ਉੱਥੇ ਇਹ ਬਣਨਾ ਚਾਹੀਦਾ। ਲੇਕਿਨ ਸਾਰਿਆਂ ਤੋਂ ਵੱਡੀ ਯਾਦਗਾਰ ਇਹ ਹੋਏਗੀ ਉਹਨਾਂ ਦੀ ਕਿ ਅਸੀਂ ਦੇਖੀਏ ਵੀ ਉਹਨਾਂ ਨੂੰ ਮਰਨਾ ਕਿਉਂ ਪਿਆ। ਪਹਿਲੀ ਗੱਲ, ਉਹਨਾਂ ਨੂੰ ਮਰਨਾ ਪਿਆ ਕਿਉਂਕਿ ਸਿੱਖਾਂ ਦੇ ਕੋਲ ਕੋਈ ਸਿਆਸੀ ਤਾਕਤ ਨਹੀਂ ਜੀ। ਦੂਸਰੀ ਗੱਲ, ਉਹਨਾਂ ਨੂੰ ਇਸ ਵਾਸਤੇ ਮਰਨਾ ਪਿਆ ਕਿਉਂਕਿ ਗਰੀਬ ਸਨ। ਹਾਂਜੀ, ਜਿੰਨੀਆਂ ਗਰੀਬ ਬਸਤੀਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਾਰਿਆ ਗਿਆ, ਉਹ ਸਭ ਤੋਂ ਵੱਧ ਮੌਤਾਂ ਉੱਥੇ ਹੋਈਆਂ। ਤੇ ਤੀਸਰੀ ਗੱਲ ਇਹ ਹੈ ਕਿ ਉਹ ਆਪਣੇ ਹੱਕਾਂ ਨੂੰ ਮਹਿਫੂਜ਼ ਰੱਖਣ ਦੇ ਕਾਬਿਲ ਨਹੀਂ ਸਨ, ਅਨਪੜ੍ਹ ਸਨ। ਸੋ ਸਾਨੂੰ ਜੇ ਉਹਨਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਤਾਂ ਇਹ ਤਿੰਨ ਅਹਿਮ ਅੰਗ ਹੋਣੇ ਚਾਹੀਦੇ ਯਾਦਗਾਰ ਦੇ। ਇੱਕ ਤਾਂ ਸਾਨੂੰ ਸਾਡੀ ਸਟਰਗਲ ਹੋਣੀ ਚਾਹੀਦੀ ਹੈ ਆਪਣੀ ਹਸਤੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ, ਤਾਂ ਕਿ ਸਾਡੇ ਉੱਤੇ ਇਸ ਤਰ੍ਹਾਂ ਦੇ ਜ਼ੁਲਮ ਬਾਰ ਬਾਰ ਨਾ ਹੁੰਦੇ ਰਹਿਣ। ਜੀ, ਕੋਈ ਜਿਹੜਾ ਮਰਜ਼ੀ ਆਪਣੇ ਵੋਟਾਂ ਲੈਣ ਦੀ ਖਾਤਰ ਸਿੱਖਾਂ ਨੂੰ ਫੜ ਕੇ ਬੱਕਰਿਆਂ ਵਾਂਗੂ ਕਤਲ ਨਾ ਕਰੇ। ਦੂਸਰਾ ਇਹ ਕਿ ਉਹਨਾਂ ਦੀ ਗਰੀਬੀ ਦੂਰ ਕਰਨ ਦਾ ਉਪਰਾਲਾ ਹੋਣਾ ਚਾਹੀਦਾ, ਉਹਨਾਂ ਨੂੰ ਬੜੇ ਵਧੀਆ ਮਕਾਨ ਇਤਿਹਾਸ ਬਣਾ ਕੇ। ਤੀਸਰੀ ਗੱਲ ਇਹ ਕਿ ਉਹਨਾਂ ਦੇ ਜਿਹੜੇ ਵੀ ਅਫੈਕਟਡ ਲੋਕ ਹਨ, ਉਹਨਾਂ ਦੇ ਵਿੱਚ ਵਿਦਿਆ ਦਾ ਪ੍ਰਚਾਰ ਕਰਨ ਵਾਸਤੇ ਸਿਰ ਤੋੜ ਯਤਨ ਹੋਣੇ ਚਾਹੀਦੇ ਆ। ਉੱਥੇ ਇੱਕ ਵੀ ਅਨਪੜ੍ਹ ਨਹੀਂ ਰਹਿਣਾ ਚਾਹੀਦਾ, ਤਾਂ ਕਿ ਜੇ ਅਗਲੀ ਵਾਰੀ ਇਹ ਕਾਰਾ ਹੁੰਦਾ ਤਾਂ ਹਰ ਇੱਕ ਬੰਦਾ ਸੂਲਾਂ ਵਾਂਗੂ ਨਿਧੀਆਂ ਵਾਂਗੂ ਖੜਾ ਹੋਵੇ ਕਿ ਸਾਡੇ ਅਧਿਕਾਰਾਂ ਦੇ ਉੱਤੇ, ਮਨੁੱਖੀ ਅਧਿਕਾਰਾਂ ਦੇ ਉੱਤੇ ਛਾਪਾ ਮਾਰ ਰਹੀ ਹੈ ਇਹ ਸਰਕਾਰ। ਸੋ ਇਹ ਯਾਦਗਾਰ ਹੋ ਸਕਦੀ ਹੈ ਇਹਨਾਂ ਦੀ, ਇਸ ਤਰ੍ਹਾਂ ਦੀ ਯਾਦਗਾਰ ਇਹਨਾਂ ਨੂੰ ਬਣਾਉਣੀ ਚਾਹੀਦੀ ਹੈ। ਲੇਕਿਨ ਇਹ ਖਾਨਾ ਪੂਰਤੀ ਕਰ ਰਹੇ ਹੈ ਇੱਕ ਗੁਰਦੁਆਰੇ ਦੇ ਵਿੱਚ, ਇਸ ਦੇ ਬਾਰੇ ਕੋਈ ਬਹੁਤਾ ਹੱਕ ਦੇ ਵਿੱਚ ਬਹੁਤਾ ਕੁਛ ਕਿਹਾ ਨਹੀਂ ਜਾ ਸਕਦਾ ਜੀ। ਤੇ ਸਰਦਾਰ ਸਾਹਿਬ ਜੀ, ਸਾਡੇ ਕੋਲ ਸਵਾਲ ਤੁਹਾਡੇ ਲਈ ਹੋਰ ਵੀ ਬਹੁਤ ਨੇ, ਪਰ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ ਤੇ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ, ਪਰ ਨੈਕਸਟ ਟਾਈਮ ਅਸੀਂ ਤੁਹਾਨੂੰ ਬਾਕੀ ਸਿੱਖ ਸੰਗਤਾਂ ਦੇ ਰੂਬਰੂ ਫਿਰ ਤੋਂ ਕਰਾਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਜ਼, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ, ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।